ਲੋਡ ਲਾਤਾ ਬਾਬਿਓ, ਆਖਰੀ ਆਹ ਸਕਿੱਡ ਰਿਹਾ, ਸਕਿੱਡ ਸਟੇਅਰ ਜਿਹਾ ਰਹਿ ਗਿਆ ਆ ਟਰਾਲੇ 'ਤੇ, ਇਹ ਲਾ ਕੇ ਲੋਡ ਅਤੇ ਮੈਂ ਪੇਪਰ ਸਾਈਨ ਕਰਾ ਕੇ ਇਹਨਾਂ ਤੋਂ, ਅਤੇ ਆਪਾਂ ਨੇ ਚੱਲ ਜਾਣਾ ਹੈਗਾ ਆ ਵਾਪਸ ਜਾਣਾ ਆ ਸੂ ਫਾਲਸ, ਜਿੱਥੇ ਨੌਰਥ ਡਕੋਟਾ ਸਾਊਥ ਡਕੋਟਾ ਨੂੰ ਜਿੱਥੋਂ ਔਰੇਂਜ ਬਾਏ ਕੀਤਾ ਸੀ ਮੈਂ ਨਾ, ਉਹ ਸ਼ਹਿਰ 'ਚ ਉੱਥੋਂ 10 ਕੁ ਮੀਲਾਂ ਤੋਂ ਮੈਡੀਸਨ ਸਾਊਥ ਡਕੋਟਾ ਸ਼ਹਿਰ ਆ, ਉੱਥੋਂ ਮੈਂ ਚੱਕਣਾ ਆ ਲੋਡ, ਅਤੇ ਟਾਰ ਪਾਲਾ ਲੋਡ ਆ ਉਹ ਚੱਕ ਕੇ ਆਪਾਂ ਜਾਣਾ ਹੈਗਾ ਆ ਬੇਕਰ ਸਪੀਡ ਦੇ ਲੱਗ ਗਈ ਆ ਟਲੇਰੀ, 60 ਕੁ ਮੀਲਾਂ 60-70 ਮੀਲਾਂ ਉੱਥੇ ਲਾਉਣਾ ਟਲੇਰੀ, ਸੋ ਫਰਾਈਡੇ ਕੱਲ੍ਹ ਨੂੰ ਆ, ਅਤੇ ਇੱਧਰ ਮੈਂ ਬਿਲਿੰਗ ਆਇਆ ਸੀਗਾ, ਇੱਥੇ ਲੋਡ ਲੂਡ ਨਹੀਂ ਮਿਲਦੇ ਤਾਂ ਕਰਕੇ ਮੈਨੂੰ 600 ਮੀਲਾਂ ਖਾਲੀ ਜਾ ਕੇ ਚੱਕਣਾ ਪੈਣਾ ਲੋਡ ਬਾਬਿਓ। ਹੁਣ ਮੈਂ ਲੋਡ ਲਾ ਕੇ ਅਤੇ ਤੁਰ ਪਿਆ ਵਾਪਸ ਬਿਲਿੰਗ ਤੋਂ ਆਪਣਾ ਇੱਧਰ ਨੂੰ ਸੂਫਾਲ ਸਾਊਥ ਕੋਟਾ ਨੂੰ, ਰਸਤੇ 'ਚ ਆਊਗਾ ਜੀ ਆਪਣਾ ਰੈਪਿਡ ਸਿਟੀ, ਰੈਪਿਡ ਸਿਟੀ ਮੈਂ ਅੱਜ ਤੋਂ 10 ਸਾਲ ਪਹਿਲਾਂ ਆਇਆ ਸੀਗਾ, 10 ਸਾਲ ਨਹੀਂ 2010 'ਚ ਆਈ ਮੀਨ 14 ਸਾਲ ਪਹਿਲਾਂ ਆਇਆ ਸੀਗਾ ਮਾਊਂਟ ਰਸ਼ਮੋਰ ਦੇਖਣ, ਆਹ ਵਿੱਚੋਂ ਵਿੱਚੋਂ ਦੀ ਸੜਕ ਜਿੱਦਾਂ ਕਹਿੰਦੇ ਨਹੀਂ ਸ਼ੋਰਟਕੱਟ ਉਹ ਵਾਲੀ ਸੜਕ ਆ ਕਮਾਦਾਂ ਵਿੱਚੋਂ ਦੀ, ਇਹ ਵਾਲੀ ਸੜਕ 'ਤੇ ਆਪਾਂ ਜਾਵਾਂਗੇ ਹੁਣ ਰੈਪਿਡ ਸਿਟੀ ਤੱਕ, ਰੈਪਿਡ ਸਿਟੀ ਜਾ ਕੇ ਮੈਂ ਸੌ ਜਾਣਾ ਆ ਕਿਉਂਕਿ ਮੋਰੇ ਇੱਕ ਸਕੇਲ ਆਉਂਦੀ ਆ, ਉਹ ਸਕੇਲ ਰਾਤ ਨੂੰ ਹੋਣੀ ਆ ਬੰਦ ਅਤੇ ਸਵੇਰੇ ਉਹ ਖੁੱਲ੍ਹ ਜਾਣੀ ਆ, ਅਤੇ ਇਸ ਕਰਕੇ ਆਪਾਂ ਰਾਤੋ ਰਾਤ ਜਿਹੜੀ ਹੈਗੀ ਆ ਰੈਪਿਡ ਸਿਟੀ ਪਹੁੰਚ ਕੇ ਉੱਥੇ ਸੌਂ ਕੇ ਫਿਰ ਸਵੇਰੇ ਉੱਠ ਕੇ ਉੱਥੋਂ ਤੁਰੂੰਗਾ ਮੈਂ, ਅਤੇ ਕੱਲ੍ਹ ਨੂੰ 3 ਵਜੇ ਤੋਂ ਪਹਿਲਾਂ ਪਹਿਲਾਂ ਲੋਡ ਚੱਕਣਾ ਆ ਮੈਂ, ਅਤੇ ਰੱਬ ਤੁਹਾਡਾ ਭਲਾ ਕਰੇ, ਇਸ ਕਰਕੇ ਆਪਣਾ ਟਾਈਮ ਖੁੱਲ੍ਹਾ ਡੁੱਲਾ ਮੈਨੂੰ ਲੱਗਦਾ, ਆਈਡੀਆ ਜਿਹੜਾ ਹੈਗਾ ਮੇਰਾ ਮੈਂ 1-1 ਵਜੇ ਤੱਕ ਉੱਥੇ ਪਹੁੰਚ ਜੂੰਗਾ। ਰਾਤ ਜਿਹੜੀ ਆ ਬਹੁਤ ਤੇਜ਼ੀ ਨਾਲ ਥੱਲੇ ਆ ਰਹੀ ਆ, ਜਿੱਦਾਂ ਤੁਸੀਂ ਦੇਖ ਸਕਦੇ ਪਹਿਲਾਂ ਲਾਈਟਾਂ ਲੂਟਾਂ ਨਹੀਂ ਜਗਦੀਆਂ, ਹੁਣ ਲਾਈਟਾਂ ਜਗ ਪਈਆਂ, ਹਨੇਰਾ ਹੋ ਗਿਆ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ। ਬਾਬੇ ਲੋਡ ਲਾਤਾ ਸੀਗਾ ਮੈਂ ਕੱਲ੍ਹ ਬਿਲਿੰਗਸ ਮੰਟੈਨਾ, ਅਤੇ ਉੱਥੋਂ ਮੈਂ 3-1 ਘੰਟੇ ਵਾਪਸ ਆ ਕੇ ਸੌਂ ਗਿਆ ਸੀਗਾ ਰੈਪਿਡ ਸਿਟੀ। ਆਹ ਵਿੰਡ ਮਿਲ ਕੇ ਇਸ ਟਾਈਮ ਚੱਲਦੀ ਹੋਣੀ ਮੈਨੂੰ ਲੱਗਦਾ ਹੈ ਨਾ। ਰੈਪਿਡ ਸਿਟੀ ਸਾਊਥ ਡਕੋਟਾ ਆ, ਇੱਥੇ ਮੈਂ ਨਾ ਸਭ ਤੋਂ ਪਹਿਲੀ ਵਾਰ ਆਇਆ ਸੀ 2010 'ਚ, ਉਦੋਂ ਇੱਥੇ ਆਪਾਂ ਆਏ ਸੀਗੇ, ਮੈਂ ਸੀ ਇੱਕ ਆਪਣਾ ਬਾਈ ਸੀਗਾ ਨਿਤਿਸ਼ ਸ਼੍ਰੀਵਾਸਤਵਾ, ਉਹ ਸੀਗਾ ਇੰਦੌਰ ਤੋਂ, ਅਤੇ ਇੱਕ ਨਾਲ ਹੁੰਦਾ ਸੀ ਸਾਡੇ ਜੇ ਅੰਕਲ ਜੇ ਆਲੂ ਵਾਲੀ ਆ, ਉਹ ਆਪਾਂ 3 ਜਣੇ ਘੁੰਮਣ ਆਏ ਸੀ ਉਦੋਂ, ਮੈਂ ਜਾਣਾ ਸੀਗਾ, ਅਤੇ ਆਪਾਂ ਆਏ ਸੀ ਦੇਖਣ ਮਾਊਂਟ ਰਸ਼ਮੋਰ। ਮਾਊਂਟ ਰਸ਼ਮੋਰ ਹੈਗੀ ਆ ਇੱਕ ਪਹਾੜੀ ਆ, ਉਹਨੂੰ ਕਾਰਵ ਕਰਕੇ ਨਾ 4 ਪ੍ਰੈਜ਼ੀਡੈਂਟਸ ਦੇ, ਅਮੈਰੀਕਨ ਪ੍ਰੈਜ਼ੀਡੈਂਟਾਂ ਦੇ ਨਾ ਮੂੰਹ ਬਣਾਏ ਉੱਤੇ, ਅਤੇ ਮੈਨੂੰ ਫੋਟੋ ਲੱਭਣੀ ਪੈਣੀ ਹੈ, ਜੇ ਫੋਟੋ ਲੱਭ ਗਈ ਨਾ ਮੈਨੂੰ ਤਾਂ ਮੈਂ ਐਡ ਜ਼ਰੂਰ ਕਰੂੰਗਾ, ਬਟ ਮੈਂ ਆਪਣਾ ਜਿਹੜਾ ਮਾਊਂਟ ਰਸ਼ਮੋਰ ਆ ਉਹਦੀਆਂ ਉੱਦਾਂ ਫੋਟੋਆਂ ਵਿੱਚ ਐਡ ਜ਼ਰੂਰ ਕਰ ਦੂੰਗਾ ਵਲੌਗ 'ਤੇ। ਅਤੇ ਉਦੋਂ ਆਏ ਸੀ ਆਪਾਂ ਇੱਥੇ ਬਾਬਿਓ, ਲੋਡ ਚੱਕਣ ਆ ਗਿਆ ਬਾਬਿਓ ਮੈਂ, ਆਹ ਪਤਾ ਨਹੀਂ ਕੀ ਘੁੱਗੂ ਜਿਹੇ ਚੱਕਣੇ ਆ ਵਾਲੇ ਘੁੱਗੂ ਬਾਟੇ, ਬੀਬੀ ਕਹਿੰਦੀ ਇੱਥੇ ਕਲਾ ਦੇ ਬੈਗ, ਬੈਗ ਨਹੀਂ ਨਾਲੇ ਲੱਜ ਲੱਗ ਲਾ ਦੇ ਕਹਿੰਦੀ। ਅਤੇ ਹੁਣ ਮੈਂ ਲਿਫਟ ਕੀਤਾ ਮਗਰ ਐਕਸਲ, ਪਹਿਲਾਂ ਲਿਫਟ ਥੱਲੇ ਕਰਤੀ ਆ, ਹੁਣ ਇਹਨੂੰ ਡੰਪ ਕਰਦਾ ਕਿਉਂਕਿ ਆਪਾਂ ਨੂੰ ਤਰਪਾਲ ਤਰਪੂਲ ਪਾਉਣਾ ਪੈਣਾ ਨਾ ਹੁਣ, ਅਤੇ ਉਹਦੇ ਕਰਕੇ ਲਾ ਲਓ ਸਾਹਿਬ ਬਈ ਮੈਨੂੰ ਇੱਥੇ ਟਾਰ ਪਾਉਣੀ ਪੈਣੀ ਆ, ਉਹ ਆ ਗਿਆ ਬੰਦੇ, ਅਤੇ ਟਾਰ ਪਾਉਣੀ ਕਰਕੇ ਅਤੇ ਫਿਰ ਮੈਨੂੰ ਨੀਵਾਂ ਰੱਖਣਾ ਪੈਣਾ ਟਰਾਲਾ, ਟਾਰ ਪਊ ਕਿੱਦਾਂ ਇਹਦੇ ਉੱਤੇ, ਇਹਦੇ ਉੱਤੇ ਚੜ੍ਹੀ ਹੋ ਜਾਣਾ, ਮੈਂ ਸਟੈਪ ਕਰ ਸਕਦਾ ਇਹਦੇ ਉੱਤੇ, ਮੈਂ ਚੜ੍ਹ ਹੋ ਜਾਣਾ ਉੱਤੇ ਚੜ੍ਹ ਕੇ ਫੇਰ ਬਣੂਗਾ। ਓਕੇ ਬਾਬਾ ਜੀ, ਗੱਡੀ ਹੈਗੀ ਆ ਲੋਡ ਹੋਣ ਲੱਗੀ ਹੁਣ ਆਪਣੀ, ਆਹ ਘੁੱਗੂ ਬਾਟੇ ਜਿਹੇ ਆ, ਅਤੇ ਫੋਰਕ ਲਿਫਟ 'ਚ ਲਾ ਰਹੀ ਆ ਬੀਬੀ ਇੱਕ ਗੋਰੀ ਆ, ਉਹ ਲੋਡ ਕਰਨ ਲੱਗੀ ਆ, ਅਤੇ ਮੈਂ ਹੁਣ ਆਪਣੇ ਹਿਸਾਬ ਨਾਲ ਲੋਡ ਕਰਾਉਣਾ। ਮੈਂ ਉਹਨੂੰ ਕਿਹਾ ਵੀ ਜਿਹੜੇ ਵੱਡੇ ਸਾਈਜ਼ ਦੇ ਆ ਘੁੱਗੂ ਉਹ ਮਗਲੀ ਸਾਈਡ ਰੱਖ, ਅਤੇ ਜਿਹੜੇ ਛੋਟੇ ਆ ਉਹ ਮੋਹਰੇ ਰੱਖ, ਅਤੇ ਕਹਿ ਲਓ ਵੀ 37 ਪੀਸਿਸ ਹੈਗੇ ਆ ਮੇਰੇ ਕੋਲ। ਪਹਿਲਾਂ ਇਹ ਲੋਡ ਕਰਾ ਕੇ ਚੰਗੀ ਤਰ੍ਹਾਂ ਫਿਰ ਸਟਰੈਪਾਂ ਪਾਉਣੀਆਂ, ਫਿਰ ਟਾਰ ਪਾਵਾਂਗੇ ਇਹਦੇ ਉੱਤੇ, ਅਤੇ ਹੁਣ ਆਪਾਂ ਬਹੁਤਾ ਟਾਈਮ ਨਹੀਂ ਵੇਸਟ ਕਰਨਾ, ਅਤੇ ਆ ਜਾਓ ਫਿਰ ਹੁਣ ਲੋਡਿੰਗ ਦਾ ਪ੍ਰੋਸੈਸ ਦੇਖੀਏ ਥੋੜ੍ਹਾ ਜਿਹਾ ਟਾਈਮ ਲੈਪਸ ਜਿਹਾ ਬਣਾ ਕੇ।
ਜੀ ਲੋਡ ਹੋ ਗਿਆ ਜੀ ਆਪਣਾ ਟਰਾਲਾ ਤੇ ਆ ਮਗਰ ਜਿਹੜੇ ਆ 12-13 ਪੀਸ ਨਹੀਂ 12 ਪੀਸ ਮਗਰ ਆ ਵੱਡੇ ਗੋਲ ਜਿਹੜੇ ਆ ਇਹਨਾਂ ਨੇ ਆ ਮਗਰ ਗੁੱਲੇ 'ਚ ਰੱਖਤੇ ਸੀਗੇ ਅਤੇ ਮੈਨੂੰ ਕਹਿੰਦੇ ਉੱਪਰੋਂ ਦੀ ਸਟਰੈਪ ਪਾ ਦੇ ਪਰ ਮੈਂ ਕਿਹਾ ਵੀ ਆਹ ਮੈਂ ਵਿੱਚੋਂ ਦੀ ਪਾ ਸਕਦਾ ਇਹਦੇ ਆਹ ਹੋਲ ਜੇ 'ਤੇ ਕਹਿੰਦੇ ਵੀ ਉਹ ਜ਼ਿਆਦਾ ਬੈਟਰ ਆ ਮੈਂ ਕਿਹਾ ਚਲੋ ਫਿਰ ਵਿੱਚੋਂ ਦੀ ਪਾ ਦਾਂਗੇ ਇਹਦੇ ਜਿਹੜੇ ਮੋਹਰੇ ਰੱਖੇ ਹੋਏ ਇਹਨਾਂ ਨੂੰ ਵੀ ਇਹ ਕਹਿੰਦੇ ਉੱਤੋਂ ਦੀ ਪਾ ਦਿਉ ਤਲੜਿਆਂ ਨੂੰ ਪਾਉਣ ਦੀ ਲੋੜ ਨਹੀਂ ਪਰ ਮੈਂ ਕਿਹਾ ਕੋਈ ਗੱਲ ਨਹੀਂ ਟਾਈਮ 5 ਮਿੰਟ ਵੱਧ ਲੱਗ ਜੂਗਾ ਇਹਨਾਂ ਦੇ ਆਹ ਜਿਹੜਾ ਹੋਲ ਜਿਹਾ ਆ ਫਿਸ਼ ਆਈ ਜੋ ਵੀ ਆ ਇਹਦੇ ਵਿੱਚੋਂ ਦੀ ਮੈਂ ਕਿਹਾ ਸਟਰੈਪ ਲੰਘਾ ਦੂੰਗਾ ਫਿਰ ਇੱਦਾਂ ਅੱਗੇ ਪਿੱਛੇ ਹਿੱਲਣਗੇ ਨਹੀਂ ਹੈ ਨਾ ਕਿਉਂਕਿ ਇਹ ਹੈਗੀ ਫੋਮ ਜਿਹੀ ਆ ਆਪਣੇ ਕੀ ਕਹਿੰਦੇ ਹੁੰਦੇ ਆ ਗੂੰਦ ਗੰਦ ਜਿਹਾ ਲਾ ਕੇ ਇਹਨੂੰ ਫੋਮ ਵੀ ਬਣਾਈ ਹੋ ਕਿਸੇ ਚੀਜ਼ ਦੀ ਆ ਮੇਰੇ ਹਿਸਾਬ ਨਾਲ ਉਹ ਚੀਜ਼ ਆ ਮੋਹਰੇ ਛੋਟੇ ਜਿਹੜੇ ਆ ਉਹ ਹੈਗੇ ਆ 25 ਪੀਸ ਆਪਣੇ ਕੋਲ ਉਹਨਾਂ ਨੂੰ ਮੈਂ ਦੇਖਣਾ 4-4 ਦੇ ਸੈੱਟ ਬਣਾ ਕੇ ਉੱਤੋਂ ਦੀ ਸਟਰੈਪਾਂ ਪਾ ਲੈਣੀਆਂ ਆ ਪਰ ਮਗਰਲੇ ਜਿਹੜੇ ਇੱਦਾਂ ਹੀ ਆ ਅਤੇ ਇਸ ਤੋਂ ਬਾਅਦ 'ਚ ਮੈਨੂੰ ਬਾਈ ਹੁਣੀ ਕਹਿੰਦੇ ਉਹ ਜਿਹੜਾ ਮਗਰ ਡਰਾਈ ਵੈਨ ਖੜ੍ਹੀ ਆ ਹਵਾ ਚੱਲਦੀ ਬਹੁਤ ਜ਼ਿਆਦਾ ਉਹਦੇ ਕਰਕੇ ਕਹਿੰਦੇ ਵੀ ਡਰਾਈ ਵੈਨ ਦੇ ਮਗਰਲੇ ਪਾਸੇ ਟਰਾਲਾ ਲਾ ਕੇ ਨਾ ਬੈਕ ਕਰਕੇ ਅਤੇ ਫੇਰ ਤਰਪਾਲ ਪਾਈ ਨਹੀਂ ਤਾਂ ਕਹਿੰਦੇ ਤੇਰੀ ਤਰਪਾਲ ਉੜੀ ਜਾਣੀ ਵੀ ਤੇਰਾ ਜੋਰ ਬਹੁਤ ਲੱਗਣਾ ਨਾ ਮੈਂ ਕਿਹਾ ਚਲੋ ਠੀਕ ਹੈ ਵੀ ਇਹ ਤਾਂ ਬਈ ਤੁਹਾਡੀ ਧੰਨਵਾਦ ਤੁਸੀਂ ਮੈਨੂੰ ਇੰਨਾ ਆਈਡੀਆ ਜੇ ਦੇ ਤਾ ਇਹ ਤਾਂ ਮੇਰੇ ਦਿਮਾਗ 'ਚ ਨਹੀਂ ਆਉਣਾ ਸੀਗਾ ਲੋਡ ਡਨ ਕਰਤਾ ਬਾਬੇ ਆਪਾਂ ਪੂਰਾ ਸਿਕਿਓਰ ਆ ਆਹ ਜਿਹੜਾ ਤੁਸੀਂ ਗੱਬੇ ਇੱਕ ਸਿੰਗਲ ਜਿਹਾ ਦੀਦਾ ਆ ਉਹ ਵੀ ਸਿਕਿਓਰਡ ਹੀ ਆ ਕਿਉਂਕਿ ਉਹਦੇ ਫਰੰਟ ਐਂਡ ਬੈਕ 'ਤੇ ਆਪਾਂ ਜਿਹੜੀਆਂ ਸਟਰੈਪਾਂ ਵਾਲੇ ਪਾ ਦਿੱਤੇ ਉਹ ਆ ਅਤੇ ਆਹ ਇੱਧਰ ਜਿਹੜਾ 4-4 ਦਾ ਸੈੱਟ ਪਾ ਤਾ ਇੱਕ ਸਟਰੈਪ ਮੈਂ ਚੌਂਹ ਦੇ ਉੱਤੋਂ ਲੰਘਾਈ ਆ ਅਤੇ ਆਖਰੀ ਸਟਰੈਪ ਜਿਹੜੀ ਆ ਉਹ ਆਪਣੀ ਪੰਜਾਂ ਦੇ ਉੱਤੋਂ ਹੀ ਲੰਘ ਜਾਣੀ ਆ ਠੀਕ ਆ ਜੀ ਅਤੇ ਕਹਿ ਲਓ ਵੀ ਇਕੱਲਾ ਇਕੱਲਾ ਰੋਲ ਜਿਹੜਾ ਇਹਦੇ ਵਿੱਚ ਮੈਂ ਪੂਰਾ ਕਿਓਰ ਕੀਤਾ ਪਿਆ ਹਲਕਾ ਹੀ ਆ ਇਹ ਰੋਲ ਇੰਨੇ ਭਾਰੇ ਨਹੀਂ ਮੋਰਲੇ ਨੂੰ ਥੱਲਿਓਂ ਵਿੱਚੋਂ ਦੀ ਪਾਤੀ ਸੀ ਸਟਰੈਪ ਅਤੇ ਇੱਕ ਮੋਰ ਦੀ ਪਾਤੀ ਬਿਲਕੁਲ ਉੱਪਰ ਨੂੰ ਅਤੇ ਆਹ ਦੇਖ ਸਕਦੇ ਹਾਂ ਤੁਸੀਂ ਇਹਦੇ ਨਾਲ ਇੱਦਾਂ ਹੈ ਵੀ ਮੋਰ ਨੂੰ ਕੋਈ ਵੀ ਆਪਣੀ ਜਿਹੜੀ ਹੈਗੀ ਆ ਰੋਲ ਅੱਗੇ ਨੂੰ ਮੂਵ ਨਹੀਂ ਕਰੂਗਾ ਜਿਹੜਾ ਵਿੱਚੋਂ ਦੀ ਸਟਰੈਪ ਲੰਘਾ ਤੀ ਉਹਦਾ ਫਿਰ ਪੱਕਾ ਪੈਂਚਰ ਹੀ ਲਾ ਤਾ ਨਾ ਆਪਾਂ ਨੇ ਜੀਤ ਪੈਂਚਰਾਂ ਵਾਲੇ ਵਾਲਾ ਹੈ ਨਾ ਅਤੇ ਹੁਣ ਮੈਂ ਟਰਾਲਾ ਇੱਥੋਂ ਕੱਢ ਕੇ ਅਤੇ ਬੈਕ ਲਾਉਣਾ ਆ ਡਰਾਈ ਵੈਨ ਦੇ ਲਾਗੇ ਅਤੇ ਰੋਡ ਦੇ ਉੱਤੇ ਚੜ੍ਹ ਗਿਆ ਬਾਬੇ ਆਹ ਮੈਂ ਇੱਦਾਂ ਪਾਈਆਂ ਜਿਹੜੀਆਂ ਸਟਰੈਪਾਂ ਮੈਂ ਕਹਿੰਦਾ ਸੀ ਨਾ ਡਾਇਗਨਲ ਪਾਈਆਂ ਆਹ ਲੈ ਲਓ ਉਹਨੂੰ ਮੋਹਰੇ ਬੰਨਿਆ ਪਿਆ ਇਹਨੂੰ ਵੀ ਬੰਨਿਆ ਪਿਆ ਆਹ ਦੇਖੋ ਅੱਧ ਅੱਧ 'ਚ ਬੰਨਦੀਆਂ ਨੇ ਸਾਰੀਆਂ ਰੋਲ ਜੇ ਬੰਨਦੇ ਆ ਆਹ ਜਿਹੜੇ ਮਗਰਲੇ ਆ ਇਹਨਾਂ ਦਾ ਚਲੋ ਗੇਮ ਹੀ ਆਪਾਂ ਦੂਜੀ ਪਾਤੀ ਆ ਸਟਰੈਪਾਂ ਵਿੱਚੋਂ ਨਹੀਂ ਘੁਮਾਤੀਆਂ ਹਵਾ ਚੱਲਦੀ ਆ ਬਾਬੇ ਪਰ ਇੰਨਾ ਵੀ ਆ ਟਰਾਲੇ ਕਰਕੇ ਨਾ ਆਪਾਂ ਨੂੰ ਕਾਫੀ ਹੱਦ ਤੱਕ ਬਚਾ ਰਹਿਣਾ ਆ ਹਵਾ ਤੋਂ ਬਟ ਫਿਰ ਵੀ ਥੋੜ੍ਹਾ ਜ਼ੋਰ ਤਾਂ ਲੱਗੂਗਾ ਹੀ ਪਹਿਲਾਂ ਇੱਕ ਤਰਪਾਲ ਮਗਰਲੀ ਸਿੱਟ ਕੇ ਮੈਂ ਥੱਲੇ ਜਾਣਾ ਥੱਲੇ ਬੰਜੀਆਂ ਪਾਊਂਗਾ ਐਂ ਚੰਗੀ ਤਰ੍ਹਾਂ ਖਿੱਚ ਖਿੱਚ ਕੇ ਬੰਜੀਆਂ ਪਾ ਕੇ ਉਸ ਤੋਂ ਬਾਅਦ ਦੂਜੀ ਤਰਪਾਲ ਖੋਲੂੰਗਾ ਆ ਕੇ ਉੱਪਰ ਪਹਿਲਾਂ ਹੁਣ ਤਰਪਾਲ ਖੋਲੀਏ ਉਹ ਚੱਲਣ ਡਿਆ ਉੱਧਰ ਥੱਲੇ ਆਪਣਾ ਕੀ ਕਹਿੰਦੇ ਹੁੰਦੇ ਉਹਨੂੰ ਟਾਈਮ ਲੈਪਸ ਸੋ ਉਹ 'ਚ ਸਾਰਾ ਪ੍ਰੋਸੈਸ ਦਿਸੂਗਾ ਤਰਪਾਲ ਪਾਉਣ ਦਾ ਅਤੇ ਆਪਾਂ ਹੁਣ ਕਰੀਏ ਸ਼ੁਰੂ ਪ੍ਰੋਗਰਾਮ ਤਰਪਾਲ ਵਾਲਾ ਵਾਹਿਗੁਰੂ ਆਹ ਜੀ ਬਾਬਿਓ
ਲੋਡ ਚੱਕ ਲਿਆ ਆ, ਆਲਮੋਸਟ ਥੱਲੇ ਲੱਗਦਾ ਆ। ਠੀਕ ਹੈ ਜੀ, ਅਤੇ ਟਾਰਪ ਪਾਤੀ ਆ ਮੈਂ ਇੱਥੋਂ ਮੂਹਰੇ, ਮੈਨੂੰ ਲੱਗਦਾ ਮੈਨੂੰ ਥੋੜ੍ਹਾ ਜਿਹਾ ਸੈਟਿੰਗ ਕਰਨੀ ਪਊਗੀ ਜਾ ਕੇ ਰਸਤੇ 'ਚ ਕਿਤੇ, ਬਾਕੀ ਤਾਂ ਬਾਬੇ ਦੀ ਮੇਰੇ ਨਾਲ ਏਅਰਪੋਰਟ ਆ। ਹੈਂ ਓਕੇ ਜੀ, ਅਤੇ ਹੁਣ ਕਹਿ ਲਓ ਵੀ ਇੱਕ ਸਟਰੈਪ ਹੋਰ ਸੁੱਟਣੀ ਇੱਥੇ ਗੱਬੇ, ਇੱਥੇ ਸੁੱਟ ਦੇਣੀ ਆ ਸਟਰੈਪ, ਇੱਥੇ ਸੁੱਟ ਕੇ ਇੱਥੇ ਸੁੱਟ ਦਿੰਦਾ, ਇੱਥੇ ਸਟਰੈਪ ਸੁੱਟ ਕੇ ਮੁੜ ਕੇ ਆਪਾਂ ਰੈਡੀ ਟੂ ਗੋ ਆ। ਇਹਦੇ ਮਗਰਲੇ ਪਾਸੇ ਵੀ ਇੱਕ ਸਟਰੈਪ ਪਾਤੀ ਆ, ਸਹੀ ਹੈ ਜੀ। ਓਕੇ ਰਿਪੋਰਟ, ਬਣ ਗਈ ਗੱਲ ਕਿ ਨਹੀਂ? ਚਲੋ ਨਿਕਲੀ ਹੁਣ, ਇੱਥੇ ਬਹੁਤ ਟਾਈਮ ਲੱਗਦਾ, 3 ਘੰਟੇ ਲਾ ਤੇ ਮੈਨੂੰ ਲੱਗਦਾ ਮੈਂ ਸਕਿਓਰ ਕਰ ਰਿਹਾ ਲੋਡ। C15? Okay. Hey sir, 17 liters, but we took it apart and put 17 liters. 17 liters, okay. Yeah. Usually they are like 15? No, that's a 17. That's a C16. Okay. C17. Okay. Right here. C17. Okay. So what rear end are you pushing right now? 355, okay. But I should have put 336, it's lower. Yeah. Yeah, it comes real good. Okay. But when, you know... You're going speed. Yeah, I got 336 in it. 336 good. Yeah, I got 605 in it. 605? Yeah. I got the 18 something. Okay. I didn't want, you know, if I can find the 1820, okay, I'm going to put it. But when I do the other frame. Okay. But I'm going to keep the cab, the motor. Also, yeah, you know, and but I gotta change the frame and change the gear ratio on it. Yep, 336 is good, but if you do like heavy haul, then it's not good. I don't. Yeah, if like you're doing like 80,000, it's good. I do like 75 miles, and my RPM is around like 1500 only. Uh-huh. Yeah, yeah. Yeah, this one it cuts all the way to 23. Okay. You know, I go 2300. Okay. So I keep it at 17 low. Okay. 18 real nice. I do 13 to 1600. That's it. Yeah, but you see, I'm not really a C15. Okay. Look it, I'll show you. Mm-hmm. This is a working truck, right? It is nice, man. I put the doors. Okay. Oh, these are new doors, huh? New doors, yeah. Old dash. Okay. Yeah, better wind layer. Oh, up there. Okay. Do that to yours, man. Yeah. I still got a lot of stuff to do. Oh, no, truck is beautiful. I see, but where you're going with it is badass. Yeah, just from the outside right now. Inside is all dirty. Oh, no, your truck's not dirty, brother. It's just a working truck. Yes, sir. That's true. Yeah, I can't have the, you know, like the cloth and just wipe it off all the time. It's just once in a while I can do it. Which one, the finger or the hand? The finger is good. There you go.
So that way, if you're mad at somebody, you can always do that, you know? Okay. Well, my friend, thank you for letting me that. I'm gonna... No problem, brother. I'm gonna go. Are you gonna stay here? ਪਾਰਕਿੰਗ ਬਣਾਉਣ ਲੱਗੇ ਬਾਬੇ 39 ਨੰਬਰ ਐਗਜ਼ਿਟ 'ਤੇ ਆਏ ਨਹੀਂ ਆਹ ਗੁਲਦਸਤਾ ਜਿਹਾ ਥੱਲੇ ਮੈਟ ਜਿਹਾ ਵਿਛਾ ਕੇ ਇਹਦੇ ਉੱਤੇ ਪੇਂਟ ਕਰ ਦੇਣਾ ਇੱਦਾਂ ਹੀ ਔਰ ਪੇਂਟ ਹੁੰਦਾ ਐਂ ਪੇਂਟ ਕਰਦੇ ਇੱਦਾਂ ਔਰ ਪੇਂਟ ਹੁੰਦਾ ਬਸ ਇੰਨਾ ਕੰਮ ਆ ਨਾਲ ਹੀ ਰਿਜ਼ਰਵ ਪਾਰਕਿੰਗ ਬਣ ਗਈ ਜੀ ਬਾਬੇ ਲੋਡ ਲਾਉਣ ਆ ਗਿਆ ਸੀਗਾ ਮੈਂ ਟਲੇਰੀ ਕੈਲੀਫੋਰਨੀਆ ਓਕੇ ਤਰਪਾਲ ਲਾ ਕੇ ਇਕੱਠੇ ਕਰਤੇ ਉਹ ਹੁਣ ਆਹ ਵਾਲੀ ਸਟਰੈਪ ਮੈਂ ਹਾਲੇ ਖੋਲਣੀ ਨਹੀਂ ਉਹ ਕਿਉਂਕਿ ਮਗਰਲੇ ਪਾਸੇ ਰਹੇ ਨਹੀਂ ਗੁੱਲੇ ਜਿਹੇ ਰੱਖੇ ਉਹਦੇ ਮੋਹਰਲੇ ਤਾਂ ਪਤਾ ਨਹੀਂ ਮੈਂ ਕਿਹਾ ਜੇ ਮੈਂ ਸਟਰੈਪ ਖੋਲਤੀ ਉਹਦੇ ਉੱਤੇਲੇ ਭਾਰਨਾ ਅੱਗੇ ਨੂੰ ਤੁਰ ਜਾ ਬਾਕੀ ਸਾਰੀਆਂ ਸਟਰੈਪਾਂ ਲਾ ਲੈਣੀਆਂ ਮੋਹਰਲੇ ਉਹਨੂੰ ਮੈਂ ਕਹਿਣਾ ਆਖਰੀ 'ਚ ਕਿ ਕੱਚ ਤਰਪਾਲ ਇਕੱਠੀ ਕਰਕੇ ਲਾ ਲਈ ਬੰਦੀਆਂ ਹਾਲੇ ਲਾਉਣੀਆਂ ਸਟਰੈਪਾਂ ਲਾਉਣੀਆਂ ਹੁਣ ਮੈਂ ਲੱਗਾ ਲਾਉਣ ਸਟਰੈਪਾਂ ਖੋਲਤੀਆਂ ਸਾਰੀਆਂ ਬਾਬੇ ਇਕੱਠੀਆਂ ਕਰਤੀਆਂ ਆਲਮੋਸਟ ਡਨ ਆ ਹੁਣ ਬਸ ਹੁਣ ਲਾਉਣਾ ਹੀ ਆ ਬਾਈ ਨੇ ਲੋਡ ਸਹੀ ਹੈ ਕਿ ਨਹੀਂ ਆਲਮੋਸਟ ਲੋਡ ਲੈ ਗਿਆ ਬਾਬੇ ਆਹ ਬਾਈ ਨੇ ਸਾਡੀ ਲਾਈਟ ਤੋੜਤੀ ਆ ਦੇਖੋ ਇਹ ਬਾਈ ਨੇ ਮਾਰੀ ਫੋਰਕ ਲਿਫਟ ਇੱਥੇ ਮੈਨੂੰ ਕਹਿੰਦਾ ਪੈਸੇ ਲੈ ਲਾ ਮੈਂ ਕਿਹਾ ਕੀ ਕਰਨੇ ਪੈਸੇ ਰਹਿਣ ਦੇ ਕੋਈ ਗੱਲ ਨਹੀਂ ਮੈਂ ਕਿਹਾ ਉਹ ਲੈਂਸ ਹੀ ਉਹ ਪੈ ਜਾਣਾ ਆਪਣਾ ਲੈਂਸ ਜਿਹੜਾ ਆ 10 ਰੁਪਈਆਂ ਦਾ ਮਿਲ ਜਾਂਦਾ ਹੁੰਦਾ ਉਹ ਪੈ ਜਾਣਾ ਲੈਂਸ ਅਨਲੋਡ ਹੋ ਗਿਆ ਬਾਬੇ ਬੰਜੀਆਂ ਸਾਰੀਆਂ ਮੈਂ ਇੱਥੇ ਰੱਖਤੀਆਂ ਆਹ ਬੰਜੀਆਂ ਉੱਤੋਂ ਦੀ ਰਸ ਪਾਤੀ ਬੰਜੀ ਇੱਕ ਇੱਕ ਮੈਂ ਥੱਲੇ ਵੀ ਨਾ ਡਿੱਗਣ ਆਹ ਆਪਣੇ ਵੀ ਬੋਰ ਪਏ ਹੋ ਚਲੀਏ ਹੁਣ ਬਾਬੇ ਫਿਰ ਪਿੰਡ ਨੂੰ ਵਾਪਸ ਸੂਰਜ ਗ੍ਰਹਿਣ ਤਾਂ ਅੱਜ ਦੇਖ ਨਹੀਂ ਹੋਇਆ ਬਾਬੇ ਆਪਣੇ ਤੋਂ
ਕਿਉਂਕਿ ਕੈਲੀਫੋਰਨੀਆ ਲੱਗਾ ਵੀ ਥੋੜ੍ਹਾ ਸੀਗਾ, ਬਟ ਮੈਂ ਡਰਾਈਵ ਕਰਨ ਡਿਆ ਸੀਗਾ, ਤਾਂ ਕਰਕੇ ਸੂਰਜ ਗ੍ਰਹਿਣ ਨਹੀਂ ਆਪਣੇ ਕੋਲ ਦੇਖ ਹੋਇਆ। ਆਪਾਂ ਤਾਂ ਹੁਣ ਲੋਕਾਂ ਦੇ ਵਲੌਗ ਦੇਖਾਂਗੇ, ਲੋਕਾਂ ਦੀਆਂ ਵੀਡੀਓ ਦੇਖਾਂਗੇ, ਹੁਣ ਤਾਂ ਸੂਰਜ ਗ੍ਰਹਿਣ ਵਾਲੀਆਂ। ਐਂ ਬਾਬੇ ਇੰਨੇ ਕੁ ਲੇਜ਼ੀ ਹੋ ਗਏ ਹੋ ਨਾ ਆਪਾਂ, ਹੁਣ ਜਦੋਂ ਦੀ ਗੱਡੀ ਲਿਆਂਦੀ ਹੈ ਨਾ ਜੀਪ, ਹਾਲੇ ਇੱਕ ਬਾਰ ਨਹੀਂ ਧੋਤੀ ਹੈ, ਮੈਂ ਦੇਖਦਾ ਕੱਲ੍ਹ ਨੂੰ ਧੋਣਾ ਇਹਨੂੰ। ਚੀਜ਼ਾਂ ਦੇ ਮੋਹਰੇ ਮੱਛੀਆਂ ਨਹੀਂ ਮੱਖੀਆਂ ਮੁੱਖੀਆਂ ਬੱਜੀਆਂ ਚੰਗੀਆਂ, ਹਾਲੇ ਨਹੀਂ ਧੋਤੀ। ਟਰੱਕ ਵੀ ਗੰਦਾ ਹੀ ਆ, ਧੋਣ ਦਾ ਟਾਈਮ ਨਹੀਂ ਲੱਗਿਆ, ਲੋਡ ਖਿੱਚ ਮਸਕਾ ਕਾਫੀ। ਹਾਂਜੀ ਬਾਬੇ ਕੀ ਹਾਲ ਚਾਲ ਜੀ? ਮੈਂ ਬਾਬੇ ਲੋਡ ਲਾਤਾ ਸੀਗਾ ਕੱਲ੍ਹ ਲੋਡ ਲਾ ਕੇ ਵਾਪਸ ਮੈਂ ਯਾਰਡ 'ਚ ਆ ਗਿਆ ਸੀਗਾ, ਅਤੇ ਹੋ ਗਿਆ ਕੱਲ੍ਹ ਮੈਂ ਲੇਟ, ਇੱਕ ਉੱਦਾਂ ਵੀ ਥਕਾਵਟ ਜੀ ਬਹੁਤ ਹੋਈ ਸੀ, ਤਾਂ ਮੈਂ ਫਿਰ ਸਿੱਧਾ ਘਰ ਨੂੰ ਚਲਾ ਗਿਆ ਸੀਗਾ। ਮੈਂ ਰੁਕਿਆ ਨਹੀਂ ਯਾਰਡ ਦੇ ਵਿੱਚ ਐਂਡਿੰਗ ਕਰਨ ਲਈ, ਅਤੇ ਅੱਜ ਮੈਂ ਆਇਆ ਸੀਗਾ ਇੱਕ ਤਾਂ ਜਿੰਦੇ ਜਿਹੇ ਲਾਉਣੇ ਸੀਗੇ ਟਰਾਲੇ ਨੂੰ, ਆਪਣੇ ਜਿਹੜੇ ਹੈਗੇ ਆ ਟੂਲ ਬਾਕਸ ਆ ਫਲੈਟ ਬੈੱਡ ਦੇ, ਉਹਨਾਂ ਨੂੰ ਜਿੰਦੇ ਲਾਉਣੇ ਸੀ, ਉਹ ਜਿੰਦੇ ਜੇ ਬਾਏ ਕੀਤੇ, ਉਹ ਲੈ ਕੇ ਆਇਆ ਨਵੇਂ, ਅਤੇ ਗਲਵਸ ਹੈ ਨਹੀਂ ਸੀ ਟਰੱਕ ਦੇ ਵਿੱਚ, ਉਹ ਗਲਵਸ ਜੇ ਲੈ ਕੇ ਆਉਂਦਾ ਸੈੱਟ ਇੱਕ ਵਧੀਆ ਗਲਵਸ ਦਾ ਹੈ ਨਾ, ਉਹ ਲਿਆਂਦਾ, ਅਤੇ ਰੱਬ ਤਾਂ ਡੱਬ ਲੱਗ ਰਹੇ, ਅਤੇ ਮੁੜ ਕੇ ਮਾੜੀ ਜੀ ਮੈਂ ਕਿਹਾ ਚੱਲ ਟਰੱਕ ਨੂੰ ਸੈਲਫ ਜੀ ਮਾਰ ਦਈਏ, ਅਤੇ ਵਧੀਆ ਕੀਤਾ ਮੈਂ ਸੈਲਫ ਮਾਰਨ ਆ ਗਿਆ ਜੀ ਟਰੱਕ। ਕੱਲ੍ਹ ਮੈਥੋਂ ਨਾ ਇਹਦੀ ਸੋਚ ਆਉਣ ਰਹਿ ਗਿਆ ਸੀਗਾ, ਅਤੇ ਅੱਜ ਹੁਣ ਕਹਿ ਲਓ ਵੀ ਜਦੋਂ ਮੈਂ ਸਟਾਰਟ ਕਰਨ ਲੱਗਾ ਤਾਂ ਸਟਾਰਟ ਨਾ ਹੋਵੇ, ਫਿਰ ਮੈਨੂੰ ਜੀਪ ਨੇ ਇਹਨੂੰ ਜੰਪ ਦੇਣਾ ਪਿਆ ਸੀਗਾ ਟਰੱਕ ਨੂੰ, ਅਤੇ ਫਿਰ ਜਾ ਕੇ ਸਟਾਰਟ ਹੋਇਆ ਸੀਗਾ ਟਰੱਕ ਕਹਿ ਲਓ। ਅਤੇ ਦੋ ਕੁ ਗੱਲਾਂ ਸੀਗੀਆਂ ਬਾਬੇ, ਉਹ ਇੱਕ ਤਾਂ ਆਪਣਾ ਮੈਨੂੰ ਅੱਜ ਹੀ ਨਾ ਦੋ ਕੁ ਘੰਟੇ ਪਹਿਲਾਂ ਬਾਈ ਦਾ ਇੱਕ ਦਾ ਕਮੈਂਟ ਆਇਆ ਆ, ਅਤੇ ਮੈਨੂੰ ਲੱਗਾ ਵੀ ਥੋੜ੍ਹਾ ਕੰਸਰਨਿੰਗ ਹੈ, ਤਾਂ ਮੈਂ ਇਹਦੇ ਬਾਰੇ ਗੱਲ ਕਰਨ ਲੱਗਾ ਹਾਂ। ਬਾਈ ਨੇ ਲਿਖਿਆ ਰੈਸਟ ਇਨ ਪੀਸ ਭਾਅ ਜੀ, ਹੈ ਨਾ। ਸੋ ਗੱਲ ਹੈਗੀ ਇੱਦਾਂ ਵੀ ਇਹ ਡੈਥ ਜ਼ਰੂਰ ਹੋਈ ਆ, ਮੁੰਡਾ ਸੀਗਾ ਆਪਣਾ 30 ਸਾਲ ਦੀ ਉਮਰ ਸੀ ਬਾਈ ਦੀ, ਅਤੇ ਉਹ ਫਰਿਜਨੋ ਤੋਂ ਸੀਗੇ, ਉਹਨਾਂ ਦਾ ਕੰਮ ਸੀਗਾ ਕਸਟਮ ਟਰੱਕਾਂ ਦਾ, ਅਤੇ ਉਹ ਬਾਈ ਦੀ ਡੈਥ ਹੋਈ ਆ, ਉਹਨਾਂ ਦਾ ਕਸਟਮ ਜਿਹੜੀ ਸ਼ਾਪ ਸੀਗੀ ਉਹਦਾ ਨਾਂ ਸੀਗਾ ਬਿਗਰੇ ਕਸਟਮਸ। ਸੋ ਮਤਲਬ ਕਿ ਬੜੀ ਮਾੜੀ ਗੱਲ ਹੋਈ ਆ, ਅਤੇ ਉਹ ਜਿਹੜੇ ਬਾਈ ਦੀ ਡੈਥ ਹੋਈ ਆ ਉਹ ਬਿਗਰੇ ਕਸਟਮਸ ਫਰੈਜਨੋ ਵਾਲੇ ਸੀਗੇ। ਅਤੇ ਬਾਕੀ ਬਾਬੇ ਮੈਂ ਠੀਕ ਠਾਕ ਹਾਂ ਪਰਮਾਤਮਾ ਦੀ ਮਿਹਰ ਨਾਲ, ਅਤੇ ਕਹਿ ਲਓ ਵੀ ਮੈਨੂੰ ਲੱਗਿਆ ਥੋੜ੍ਹਾ ਕੰਸਰਨਿੰਗ ਆ ਵੀ ਪਤਾ ਨਹੀਂ ਕਿੱਦਾਂ ਹੋਏਗਾ ਵੀ ਲੋਕ, ਜਿੱਦਾਂ ਉਹਨੇ ਵੀਡੀਓ ਪਾਈਆਂ ਕਈ ਬਾਈਆਂ ਨੇ ਨਾ ਇੰਸਟਾਗ੍ਰਾਮ ਵਗੈਰਾ 'ਤੇ, ਅਤੇ ਉੱਥੇ ਜਿੱਦਾਂ ਉਹਨੇ ਲਿਖਿਆ ਸੀ ਬਿਗਰੇ, ਸਮਝਦੇ ਲੋਕ ਸਮਝਦੇ ਸ਼ਾਇਦ ਬਿਗਰੇ ਜਿਹੜਾ ਇਹੀ ਹੈ ਨਾ। ਮੈਂ ਜਿੱਦਾਂ ਮੈਨੂੰ ਦੋ ਕੁ ਦੋਸਤਾਂ ਦੀਆਂ ਮੇਰੇ ਦੀਆਂ ਕੋਲਾਂ ਵੀ ਆਈਆਂ ਬਾਈ, ਹੁਣ ਕਈ ਉਹਨਾਂ ਨਾਲ ਫੋਨ ਕਰਕੇ ਉਹਨਾਂ ਨੂੰ ਅਫਸੋਸ ਕਰਕੇ ਮੇਰੇ ਬਾਰੇ ਵੀ ਹਰੇ ਮੇਰੀ ਡੈਥ ਹੋਈ ਹੈ ਜਾਂ ਕੁਛ ਵੀ ਆ। ਸੋ ਮੈਂ ਬਾਬੇ ਉਹ ਪਰਮਾਤਮਾ ਦੀ ਮਿਹਰ ਨਾਲ ਠੀਕ ਠਾਕ ਹਾਂ, ਚੜ੍ਹਦੀ ਕਲਾ 'ਚ ਹਾਂ, ਅਤੇ ਉਹ ਜਿਹੜੀ ਬਾਈ ਜਿਹੜਾ ਚੜ੍ਹਾਈ ਕੀਤਾ ਉਹ ਫਰਿਜਨਰ ਸੀਗਾ ਬਿਗਰੇ ਕਸਟਮਸ ਵਾਲੇ। ਅਤੇ ਹੁਣ ਜਿਹੜੀ ਗੱਲ ਹੈਗੀ ਆ ਬਾਬੇ, ਇੱਕ ਗੱਲ ਮੇਰੇ ਦਿਮਾਗ 'ਚ ਹੁਣੇ ਆਈ ਸੀਗੀ, ਉਹ ਇਹ ਸੀਗੀ ਬਾਬੇ ਵੀ ਮੈਨੂੰ ਇੱਕ ਦਿਨ ਨਾ ਬਾਈ ਨੇ ਪੁੱਛਿਆ ਸੀ ਮੈਸੇਜ, ਹੁਣ ਬਿਗਰੇ ਤੋਂ ਜਿੱਦਾਂ ਨਾਂ ਤੋਂ ਮੇਰੇ ਦਿਮਾਗ 'ਚ ਉਹ ਗੱਲ ਆਈ ਆ, ਇੱਕ ਬਾਈ ਦਾ ਕਮੈਂਟ ਆਇਆ ਸੀਗਾ, ਉਹਨੇ ਪੁੱਛਿਆ ਸੀਗਾ ਵੀ ਭਾਜੀ ਬਿਗਰੇ ਦਾ ਮਤਲਬ ਕੀ ਹੁੰਦਾ ਆ। ਸੋ ਬਿਗਰੇ ਦਾ ਮਤਲਬ ਬਾਬੇ, ਉਹ ਪਹਿਲੇ ਨੰਬਰ 'ਤੇ ਤਾਂ ਵੱਡਾ ਟਰੱਕ ਜਿਹੜਾ ਹੁੰਦਾ ਆ ਉਹਨੂੰ, ਜਿਹੜਾ ਟਰੈਕਟਰ ਟ੍ਰੇਲਰ ਹੁੰਦਾ ਆ, ਜਿੱਦਾਂ ਆਪਾਂ ਟਰੱਕ ਨੂੰ ਜਿਹੜਾ ਘੋੜਾ ਇਹਨੂੰ ਟਰੈਕਟਰ ਕਹਿ ਦਿੰਦੇ ਹਾਂ, ਮਗਰ ਜਿਹੜਾ ਉਹਨੂੰ ਟ੍ਰੇਲਰ ਕਹਿ ਦਿੰਦੇ ਹਾਂ, ਟਰੈਕਟਰ ਟ੍ਰੇਲਰ ਵੀ ਕਹਿ ਦਿੰਦੇ ਹਾਂ, ਟਰੱਕ ਟ੍ਰੇਲਰ ਵੀ ਕਹਿ ਦਿੰਦੇ ਹਾਂ, ਇਕੱਲਾ ਟਰਾਲਾ ਵੀ ਕਹਿ ਲਈਦਾ ਆ, ਬਿਗਰਿਗ ਵੀ ਕਹਿ ਲਈਦਾ ਹੈ ਨਾ। ਸੋ ਬਿਗਰਿਗ ਨਾਂ ਇਹਦਾ ਕਿੱਥੋਂ ਪਿਆ ਜੀ? ਪੁਰਾਣੇ ਜ਼ਮਾਨਿਆਂ ਦੇ ਵਿੱਚ ਅਮਰੀਕਾ 'ਚ ਜਿਹੜੇ ਚੱਲਦੇ ਸੀ, ਜਿੱਦਾਂ ਆਪਣੇ ਇੰਡੀਆ 'ਚ ਰੇਹੜੇ ਗੱਡੇ ਚੱਲਦੇ ਹੁੰਦੇ ਸੀਗੇ, ਡੰਗਰਾਂ ਵਾਲੇ, ਬਲਦਾਂ ਵਾਲੇ, ਝੋਟਿਆਂ ਵਾਲੇ, ਹੈ ਨਾ, ਇੱਥੇ ਚੱਲਦੇ ਹੁੰਦੇ ਸੀਗੇ ਘੋੜੇ ਵਾਲੇ ਰੇਹੜੇ, ਠੀਕ ਹੈ ਜੀ। ਉਹ ਘੋੜੇ ਹੁੰਦੇ ਸੀ, ਉਹਨਾਂ ਨੇ ਮਗਰ ਬੱਗੀਆਂ ਜੀਆਂ ਪਾਈਆਂ ਹੁੰਦੀਆਂ ਸੀਗੀਆਂ, ਉਹਨਾਂ ਨੂੰ ਘੋੜਾ ਰੇਹੜੀ ਕਹਿ ਦਿੰਦੇ ਸੀਗੇ ਆਪਾਂ, ਜਿੱਦਾਂ ਘੋੜਾ ਰੇਹੜਾ ਕਹਿ ਦਿੰਦੇ ਹਾਂ, ਇਹ ਕਹਿੰਦੇ ਹੁੰਦੇ ਸੀ ਰਿਗ, ਹੌਰਸ ਰਿਗ ਕਹਿ ਦਿੰਦੇ ਸੀਗੇ ਜਾਂ ਕੁਛ ਵੀ ਨਾ। ਸੋ ਉਹ ਹੁੰਦੇ ਸੀ ਉਹ, ਫਿਰ ਹੌਲੀ ਹੌਲੀ ਜਦੋਂ ਰਿਗ ਜਿਹੜਾ ਨਾਂ ਸੀਗਾ ਉਹਨਾਂ ਦਾ ਪਿਆ ਹੈ ਨਾ, ਜਦੋਂ ਟਰੱਕ ਆ ਗਏ ਮੋਹਰੇ, ਠੀਕ ਹੈ ਜੀ, ਉਹਨਾਂ ਨੇ ਮਗਰ ਟਰਾਲੇ ਪੈਣ ਲੱਗ ਪਏ, ਉਹ ਫਿਰ ਰਿਗ ਜਿੱਦਾਂ ਵੱਡਾ ਹੋ ਗਿਆ ਉਹਨੂੰ ਫਿਰ ਬਿਗ ਰਿਗ ਕਹਿਣ ਲੱਗ ਪਏ ਨਾ ਜਿੱਦਾਂ। ਸੋ ਉਹਦੇ ਕਰਕੇ ਨਾ ਨਾਂ ਪੈ ਗਿਆ ਟਰੱਕ ਟ੍ਰੇਲਰ ਦਾ ਬਿਗ ਰਿਗ ਪੈ ਗਿਆ ਹੈ ਨਾ ਨਾਂ। ਸੋ ਬਿਗ ਰਿਗ ਦਾ ਮਤਲਬ ਕਹਿ ਲਓ ਵੀ ਓਰੀਜਨ ਜਿਹੜਾ ਹੈਗਾ ਆ ਘੋੜੇ ਗੱਡੀ ਤੋਂ ਪਿਆ ਆ ਇਹਨਾਂ ਨਾਂ, ਮੈਨੂੰ ਬਹੁਤਾ ਪਤਾ ਨਹੀਂ, ਮੈਂ ਵੀ ਗੂਗਲ ਹੀ ਕੀਤਾ ਸੀਗਾ ਬਾਈ ਦਾ ਕਮੈਂਟ ਦੇਖ ਕੇ, ਮੈਂ ਚੱਲ ਕਿਸੇ ਦਿਨ ਮੈਂਸ਼ਨ ਜ਼ਰੂਰ ਕਰੂੰਗਾ ਗੱਲ। ਸੋ ਬਿਗ ਰਿਗ ਦਾ ਮਤਲਬ ਹੈਗਾ ਜੀ ਵੱਡਾ
ਰੇੜਾ ਯਾਨੀ ਕਿ ਕਹਿ ਲਓ ਵੀ ਘੋੜੇ ਵਾਲਾ ਰੇੜਾ ਛੋਟਾ ਹੁੰਦਾ ਸੀ, ਇਹ ਟਰੱਕ ਵਾਲਾ ਟ੍ਰੇਲਰ ਵਾਲਾ ਜਿਹੜਾ ਹੈਗਾ ਇਹ ਰੇੜਾ ਵੱਡਾ ਹੋ ਗਿਆ, ਸੋ ਇਹਨੂੰ ਬਿਗ ਰਿਗ ਕਹਿ ਦਿੰਦੇ ਆ। ਤੇ ਦੂਜੇ ਨੰਬਰ ਤੇ ਹੁਣ ਗੱਲ ਕਰੀਏ, ਇੱਕ ਬਾਈ ਦਾ ਕਮੈਂਟ ਆਇਆ ਸੀਗਾ, ਕਹਿੰਦਾ ਬਈ ਸ਼ੈਡੋ ਦੀ ਸ਼ੈਫਟ ਕਿੱਥੇ ਆ। ਮੈਂ ਨਾ ਵਿੱਚ ਵਿੱਚ ਕਮੈਂਟ ਪੜ੍ਹ ਕੇ ਨਾਲ ਨਾਲ ਗੱਲ ਕਰੂੰਗਾ। ਸੋ ਸ਼ੈਡੋ ਦੀ ਸ਼ੈਫਟ ਬਾਬੇ ਵੀਲ ਬੇਸ ਦੇ ਜਿਹੜਾ ਫਰੇਮ ਆ ਉਹ ਤੋਂ ਥੋੜੀ ਜਿਹੀ ਥੱਲੇ ਦੀਦੀ ਹੈ, ਜੇ ਆਪਾਂ ਬਿਲਕੁਲ ਥੱਲੇ ਜਾ ਕੇ ਚੈੱਕ ਕਰੀਏ ਨਾ ਫੇਰ ਦਿਸਦੀ ਆ। ਉਦਾਂ ਜੇ ਮਤਲਬ ਕਿ ਆਪਣੀ ਜਿਹੜੀ ਹਾਈਟ ਆ ਉਹਦੇ ਹਿਸਾਬ ਨਾਲ ਆਪਾਂ ਦੇਖੀਏ ਤੇ ਉਹ ਲੁਕ ਜਾਂਦੀ ਆ, ਉਹਦਾ ਥੱਲੇ ਥੋੜੀ ਜਿਹੀ ਦੀਦੀ ਆ। ਸੋ ਉਹ ਮੈਂ ਅੱਜ ਤੁਹਾਨੂੰ ਸ਼ਾਫਟ ਬਾਹਰ ਨਿਕਲ ਕੇ ਹੁਣ ਦਿਖਾ ਦਿੰਦਾ ਆ। ਉਹ ਜਿਹੜਾ ਬਾਈ ਆਪਣਾ ਐਡਿਟ ਕਰਦਾ ਹੈਗਾ ਰੋਹਿਤ ਭਾਅ ਆਪਣਾ, ਉਹਨੂੰ ਮੈਂ ਕਹਿ ਦੂੰਗਾ ਵੀ ਜਦੋਂ ਮੈਂ ਗੱਲ ਕਰਨ ਡਿਆ ਸ਼ੈਫਟ ਜਿਹੜੀ ਆਪਣੀ ਉਸ ਜਗ੍ਹਾ ਤੇ ਉਹ ਵੀਡੀਓ ਜਿਹੜਾ ਕਲਿੱਪ ਆ ਸ਼ੈਫਟ ਵਾਲਾ ਦਿਖਾ ਦਿੱਤਾ ਜਾਵੇ ਤੇ ਉਹ ਹੈਗਾ ਜੀ। ਉਸ ਤੋਂ ਬਾਅਦ ਚ ਗੋਰਿਆਂ ਦਾ ਵੀ ਸਾਨੂੰ ਬਹੁਤ ਕਹਿੰਦਾ ਫਿਊਲ ਕਾਰਡ ਆਪਾਂ ਦੱਸਦੇ ਪਿਛਲੇ ਵਲੋਗ ਦੇ ਵਿੱਚ, ਤੇ ਇੱਕ ਬਾਈ ਕਹਿੰਦਾ ਪਹਿਲਾਂ ਮਾਈਕ ਯੂਜ਼ ਕਰ ਫਿਰ ਆਪਾਂ ਵਲੋਗ ਦੇਖਣੇ। ਭਾਅ ਜੀ ਸੋਰੀ, ਮੈਂ ਟਰਾਈ ਕਰੂੰਗਾ ਮਾਈਕ ਦੇ ਨਾਲ, ਮੈਨੂੰ ਹਲੇ ਜਿੱਦਾਂ ਯੂਜ਼ ਟੂ ਨਹੀਂ ਨਾ ਹੈਗਾ ਕੋਈ ਵੀ ਦਿਲ ਕਰਦਾ ਮਤਲਬ ਕਿ ਕੁਛ ਵੀਡੀਓ ਬਣਾਉਣ ਨੂੰ, ਮੈਂ ਫੋਨ ਚੱਕ ਕੇ ਨਿਕਲ ਜਾਂਦਾ ਬਾਹਰ, ਗੋਪਰੋ ਚੱਕਣ ਨੂੰ ਚੇਤਾ ਭੁੱਲ ਜਾਂਦਾ ਜਾਂ ਕੁਛ ਵੀ ਹੈਗਾ ਨਾ, ਤਾਂ ਉਹ ਚੀਜ਼ ਹੁੰਦੀ ਹੈ। ਸੋ ਮੈਂ ਟਰਾਈ ਕਰਿਆ ਕਰੂੰਗਾ ਹੁਣ ਵੀ ਆਲਮੋਸਟ 100% ਜਿਹੜਾ ਵਲੋਗ ਹੈਗਾ ਉਹ ਮੇਰੇ, ਜਦੋਂ ਹੁਣ ਮੈਂ ਹੱਥ 'ਚ ਫੋਨ ਫੜੀ ਬੈਠਾ ਕਮੈਂਟ ਪੜ੍ਹਨ ਦਿਆਂ, 100% ਜਿਹੜਾ ਵਲੋਗ ਆ ਉਹ ਮੈਂ ਟਰਾਈ ਕਰਿਆ ਕਰੂੰਗਾ ਗੋਪਰੋ ਨਾ ਬਣੇ, ਜਾਂ ਮੇਰੇ ਕੋਲ ਆਹ ਹੈਗਾ ਆ DJI ਦਾ ਪਾਕਟ ਹੈਗਾ ਆ ਇਹਨਾਂ ਬਣਾਇਆ ਕਰੂੰਗਾ ਹੈ ਨਾ, ਅਤੇ ਮਾਈਕ ਮੂਇਕ ਲਾ ਕੇ ਟਰਾਈ ਕਰਾਂਗੇ। ਹਲੇ ਜਿੱਦਾਂ ਯੂਜ਼ ਟੂ ਨਹੀਂ ਨਾ ਹੈਗਾ ਮਾਈਕ ਮੂਇਕ ਲਾਉਣ ਨੂੰ ਤਾਂ ਚੇਤਾ ਭੁੱਲ ਜਾਂਦਾ ਬਾਬਿਓ। ਅਤੇ ਉਸ ਤੋਂ ਬਾਅਦ 'ਚ ਬਾਈ ਜੀ ਇੱਕ ਬਾਈ ਕਹਿੰਦਾ ਬਾਈ ਆਪਣੇ ਮਿਊਜ਼ਿਕ ਨਾ ਚੇਂਜ ਕਰ। ਭਾਅ ਜੀ ਗੱਲ ਹੈਗੀ ਇੱਦਾਂ ਵੀ ਹੁਣ ਜੇ ਮੈਂ ਮੂਸੇ ਵਾਲਾ ਮਿਊਜ਼ਿਕ ਲਾਉਂਦਾ, ਕਈ ਬਾਈ ਕਹਿੰਦੇ ਹੈਗੇ ਆ ਵੀ ਯਾਰ ਇੱਕੋ ਹੀ ਮਿਊਜ਼ਿਕ ਲਾਈ ਜਾਂਦਾ ਅਸੀਂ ਬੋਰ ਹੋ ਗਏ ਸੁਣ ਕੇ, ਅਤੇ ਜੇ ਮੈਂ ਉਹ ਨਹੀਂ ਲਾਉਂਦਾ ਤਾਂ ਬਾਈ ਕਹਿੰਦੇ ਵੀ ਉਹ ਮੂਸੇ ਵਾਲਾ ਹੀ ਮਿਊਜ਼ਿਕ ਲਾਓ। ਸੋ ਉਹ ਇਹ ਮਿਕਸ ਜਿਹਾ ਹੈਗਾ, ਸੋ ਆਪਾਂ ਮਿਕਸ ਜਿਹਾ ਕੰਮ ਚੱਲੀ ਜਾਣ ਦੇਣਾ ਹੈ ਨਾ, ਵੀ ਕਦੇ ਮੂਸੇ ਵਾਲੇ ਬਾਈ ਦਾ ਲਾਤਾ, ਕਦੇ ਆਪਾਂ ਦੂਜਾ ਜਿਹੜਾ ਮਿਊਜ਼ਿਕ ਲਾਤਾ ਹੈ ਨਾ। ਅਤੇ ਇਹ ਗੱਲਾਂ ਹੋ ਗਈਆਂ ਜੀ। ਉਸ ਤੋਂ ਬਾਅਦ 'ਚ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਜੇ ਕਿਸੇ ਨੇ ਪੋਡਕਾਸਟ ਦੇ ਵਿੱਚ ਆਉਣਾ ਆ, ਜਿਹੜਾ ਮਰਜ਼ੀ ਟਰੱਕ ਹੋਵੇ ਆਪਣੀ ਸਟੋਰੀ ਸ਼ੇਅਰ ਕਰਨੀ ਆ, ਕੋਈ ਵੀ ਇਨਫੋਰਮੇਸ਼ਨ ਤੁਹਾਡੇ ਕੋਲ ਤੁਹਾਨੂੰ ਲੱਗਦਾ ਵੀ ਹਾਂ ਵੀ ਆਪਣੀ ਟਰੈਕਿੰਗ ਕਮਿਊਨਿਟੀ ਨੂੰ ਵੈਲਿਊਬਲ ਇਨਫੋਰਮੇਸ਼ਨ ਤੁਹਾਡੇ ਕੋਲ ਪਰਸਨਲੀ ਹੈਗੀ ਆ, ਤੁਸੀਂ ਉਹ ਵੀ ਦੱਸ ਸਕਦੇ ਮੈਨੂੰ, ਆਪਾਂ ਕਿਤੇ ਨਾ ਕਿਤੇ ਰੋਡ 'ਤੇ ਮਿਲ ਕੇ ਆਪਾਂ ਕਹਿ ਲਓ ਵੀ ਜਿਹੜਾ ਪਾਡਕਾਸਟ ਹੈਗਾ ਉਹ ਕਰ ਸਕਦੇ ਹਾਂ, ਕੋਈ ਚੱਕਰ ਨਹੀਂ ਉਹਦਾ ਬਾਬਿਓ। ਬਾਈ ਕਹਿੰਦਾ ਵੀ ਕਰੈਚ ਪਏ ਜਿਹੜਾ ਫਲੈਟ ਆਪਣੇ ਟ੍ਰੇਲਰ ਨਾਲ ਫੈਂਡਰਾਂ ਦੇ ਉੱਤੇ ਉਹ ਵੀ ਠੀਕ ਰਹਾ, ਉਹ ਵੀ ਕਰ ਲੈਣੇ ਆਪਾਂ ਨੇ ਠੀਕ ਜੀ। ਅਤੇ ਉਸ ਤੋਂ ਬਾਅਦ 'ਚ ਮੈਂ ਅੱਜ ਤੱਕ ਦੱਸਿਆ ਨਹੀਂ ਕਦੇ ਵੀ ਮੈਂ ਲੋਡ ਕਿੰਨੇ ਨੂੰ ਚੱਕਦਾ ਹੁੰਦਾ, ਪਰ ਮੈਂ ਅਗਲੇ ਗੇੜੇ ਹੈ ਨਾ ਮੈਂ ਤੁਹਾਨੂੰ ਲੋਡ ਦੇ ਰੇਟ ਜ਼ਰੂਰ ਦੱਸੂਗਾ ਵੀ ਕਿੰਨੇ ਨੂੰ, ਮੈਂ ਇੱਕੋ ਵਾਰੀ ਦੱਸਣੇ ਆ ਲੋਡ ਦੇ ਰੇਟ, ਕਿਉਂਕਿ ਮੈਨੂੰ ਹੁੰਦਾ ਵੀ ਇਹ ਜਿਹੜੀ ਪਰਸਨਲ ਚੀਜ਼ ਹੈ ਹੈ ਨਾ, ਕੋਈ ਮੈਨੂੰ ਕਹੂਗਾ ਸਸਤਾ ਚੱਕ ਲਿਆ, ਕੋਈ ਕਹੂਗਾ ਬੜੇ ਮਹਿੰਗਾ ਚੱਕ ਲਿਆ, ਸੋ ਇਹ ਹੁੰਦਾ ਕਈ ਵਾਰੀ ਵਧੀਆ ਰੇਟ ਮਿਲ ਜਾਂਦਾ, ਕਈ ਵਾਰ ਨਹੀਂ ਮਿਲਦਾ ਹੈ ਨਾ, ਉਹ ਚੀਜ਼ਾਂ ਹੋ ਜਾਂਦੀਆਂ। ਸੋ ਮੈਂ ਅਗਲੇ ਵਲੋਗ ਦੇ ਵਿੱਚ ਇੱਕ ਲੋਡ ਦਾ ਰੇਟ ਤੁਹਾਨੂੰ ਜ਼ਰੂਰ ਦੱਸੂਗਾ ਜਿਹੜਾ ਮੈਂ ਕੈਲੀਫੋਰਨੀਆ ਤੋਂ ਚੱਕ ਕੇ ਨਿਕਲੂੰਗਾ, ਉਹ ਤੋਂ ਗਾਹਾਂ ਮੈਂ ਕੋਈ ਨਹੀਂ ਦੱਸੂਗਾ, ਮੈਂ ਅੱਗੇ ਕਦੇ ਨਹੀਂ ਰੇਟ ਦੱਸੇ ਹੈਗੇ ਲੋਡਾਂ ਦੇ, ਪਰ ਇੱਕ ਮੈਂ ਤੁਹਾਨੂੰ ਆਈਡੀਆ ਜਿਹਾ ਦੇਣ ਲਈ ਮਤਲਬ ਕਿ ਦੱਸ ਦੂੰਗਾ। ਅਤੇ ਇੱਕ ਗੱਲ ਮੈਂ ਤੁਹਾਨੂੰ ਅੱਜ ਹੀ ਦੱਸ ਦਿੰਦਾ ਵੀ ਜਿਹੜੇ ਵਾਪਸੀ ਲੋਡ ਆ ਉਹਨਾਂ ਦੇ ਥੋੜ੍ਹੇ ਜਿਹੇ ਰੋਡ ਰੇਟ ਜਿਹੜੇ ਬੈਟਰ ਆ ਕੈਲੀਫੋਰਨੀਆ ਤੋਂ ਈਸਟ ਨੂੰ ਜਾਣ ਨਾਲੋਂ, ਸੋ ਉਹਦੇ ਹਿਸਾਬ ਨਾਲ ਦੇਖ ਲਿਓ ਤੁਸੀਂ ਆਪੇ ਹੀ। ਫਲੈਟ ਬੈਡ ਨਾਲ ਬਾਈ ਕਹਿੰਦਾ ਵਧੀਆ ਜੱਚਦਾ ਆ, ਠੀਕ ਹੈ ਜੀ, ਸ਼ੁਕਰੀਆ ਬਹੁਤ ਬਹੁਤ ਜੀ। ਅਤੇ ਓਕੇ 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 ਠੀਕ ਆ, ਮੈਨੂੰ ਲੱਗਦਾ ਜਿੰਨੇ ਕੁ ਕਮੈਂਟ ਆਪਾਂ ਨੇ ਬਾਈਆਂ ਨੇ ਸਵਾਲ ਪੁੱਛੇ ਸੀ ਉਹ ਸਾਰੇ ਮੈਂ ਆਨਸਰ ਕਰਤੇ ਆ, ਅਤੇ ਰੱਬ ਤੁਹਾਡਾ ਭਲਾ ਕਰੇ। ਆਪਾਂ ਨੇ ਦੋ ਕੁ ਨਾਂ ਮਾਇੰਡ 'ਚ ਆਏ ਹੈਗੇ ਆਪਣੇ ਪੋਡਕਾਸਟ ਵਾਸਤੇ, ਇੱਕ ਦਾ ਹੈਗਾ ਬਿਗ ਰਿਗ ਜੱਟ ਸ਼ੋ ਆਇਆ, ਅਤੇ ਇੱਕ ਆਇਆ ਬਿਗ ਰਿਗ ਜੱਟ ਟੋਕਸ ਜਾਂ ਇੱਦਾਂ ਕੁਛ ਨਾ, ਜਾਂ ਬਿਗ ਰਿਗ ਜੱਟ ਪੋਡਕਾਸਟ ਇੱਦਾਂ ਕੁਛ, ਮਤਲਬ ਕਿ ਉਹ ਦੋ ਤਿੰਨ ਨਾਂ ਆਏ ਆ ਦਿਮਾਗ 'ਚ, ਅਤੇ ਹਾਲੇ ਫਾਈਨਲਾਈਜ਼ ਨਹੀਂ ਕੀਤੇ, ਫਿਰ ਦੇਖਦੇ ਹਾਂ ਬਾਬੇ ਕੀ ਹੁੰਦਾ। ਅਤੇ ਚਲੋ ਫਿਰ ਬਾਬਿਓ ਅਗਲੇ ਵਲੋਗ 'ਚ ਮਿਲਾਂਗੇ ਹੁਣ, ਅਤੇ ਰੱਬ ਤੁਹਾਡਾ ਭਲਾ ਕਰੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਅਤੇ ਰੱਬ ਰੱਖਾ ਜੀ।